Assalamu alaikum. Dosto bravo kya hal hai? Theek ho? Tabiyat se theek hai? Main hain tuhara apna dost Mohammad Nadeem tusa de pe YouTube channel Mirani vlog. Aaj assa aaye hain sahi apne rakbe ch jene thoda ji kam thi na pyai. Main ke video ko dikhaun cha kyunki aaj e rakba thoda ji taiyari karne pe gobhi waste. Main pichli video kal di video tak madrasa hi ke gobhi di paneer jehdi hai salaj di hai. ਤੇ ਉਹਦੇ ਨਾਲ ਕਿਉਂਕਿ ਹੁਣ ਉਹਨਾਂ ਦੀ ਪ੍ਰੋਸੈਸ ਸ਼ੁਰੂ ਥੀ ਵੈਸੀ ਕਿਉਂਕਿ ਇੱਕ ਮਹੀਨੇ ਬਾਅਦ ਆਪਣੀ ਤਿਆਰ ਸੀ ਅਸੀਂ ਉਕੋ ਸਵਲਾਈ ਰਕਬੇ ਸ਼ਿਫਟ ਕਰ ਗਿਆ ਸੂੰ ਗਿਣ ਕਿਆ ਸੂੰ ਉਹਦੇ ਵਾਸਤੇ ਸਾ ਕੁਛ ਜਿਹੜੇ ਖੱਸੀਆਂ ਖਾਲੇ ਜਿਹੜੇ ਉਹਨਾਂ ਨੂੰ ਸਾਰੇ ਬ੍ਰਾਹਮਣੇ ਪੋਣਨ ਉਹਨਾਂ ਕੋ ਸੈੱਟ ਕਰਨਾ ਪਾਉਂਦੇ ਤੇ ਉਹਨਾਂ ਕੋ ਵਾਲਾ ਉਹਨਾਂ ਦੇ ਮਿਆਰ ਦੇ ਮੁਤਾਬਕ ਵਾਲਾ ਪਾਣੀ ਲਾਉਣਾ ਆਉਂਦੇ ਕਿਉਂਕਿ ਅਗਰ ਇਹ ਕੰਮ ਨਾ ਕੀਤਾ ਵੰਜੇ ਤੇ ਵੱਧ ਥੋੜ੍ਹਾ ਜਿਹਾ ਮਸਲਾ ਬਣਦੇ ਸਾ ਕੂ ਚੀਜ਼ ਵਾਸਤੇ ਤੇ ਅਸਾਂ ਹੀ ਕਾਲੋਂ ਇਸ ਕੋ ਪਹਿਲੇ ਇੱਕ ਮਹੀਨਾ ਤਿਆਰੀ ਕਰਨਾ ਸ਼ੁਰੂ ਕਰ ਦਿੰਦੇ ਹਾਂ ਚਲੋ ਮੈਂ ਤਾਂ ਅੱਜ ਮੂਡ ਭਰੇ ਕਿ ਮੈਂ ਕਿ ਦੋਸਤਾਂ ਨਾਲ ਸ਼ੇਅਰ ਕਰ ਦੂੰ ਕਿਉਂਕਿ ਬੰਦਾ ਇੱਥੇ ਲਗਾ ਖੜਾ ਹੀ ਸਾਰਾ ਇੱਕ ਕੰਮ ਕਰਾਂ ਕਿਰਨਾ ਖੜਾ ਦੇਖੋ ਕਸੀ ਖਾਲੀ ਪੇ ਸਾਰਾ ਕੁਝਾ ਕੁਝਾ ਜਿਸ ਤਰ੍ਹਾਂ ਵੇ ਸਾਰਾ ਖਾਲ ਕਰ ਛੋੜੇ ਉਸ ਤੋਂ ਬਾਅਦ ਹੱਸਾਂ ਆਇਆ ਸੀ ਅਕਬੇ ਸਾਂ ਕਿ ਦੋਸਤਾਂ ਨੂੰ ਸ਼ੇਅਰ ਕਰ ਗਣੂ ਅਤੇ ਇਹ ਵੈਸੇ ਹੀ ਸਾਡੀ ਲਸੂੜੀ ਦੀ ਦਰਖਤ ਛੋਟਾ ਇੱਕ ਉਹਨਾਂ ਨੂੰ ਸੂੜਾ ਇੱਕ ਹੁੰਦੀ ਹੈ ਲਸੂੜੀ ਇਹ ਸਾਡੀ ਲਸੂੜੀ ਹੈ ਵੈਸੇ ਹੀ ਲੇਕਿਨ ਇਹ ਫਿਰ ਹਾਲੇ ਇਹਦਾ ਫਲ ਤਾਂ ਨਹੀਂ ਚਾਇਆ ਜਿਹੜੇ ਤਾਂ ਫਲ 'ਚ ਅਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੇ ਸੂੰ ਲਿਖੇ ਸੂੰ ਅਤੇ ਨਾਲ ਸਾਡੀ ਇੱਕ ਫਸਲ ਹੋਵੇ ਬੈਂਗਣੀ ਜੇ ਕੋ ਅਸਾਂ ਦੇ ਬੈਂਗਣ ਬਤਾਊ ਸਰੇਕੀ 'ਚ ਬਤਾਊ ਆਦੇ ਉਰਦੂ 'ਚ ਬੈਂਗਣ ਆਦੇ ਅਗੂੰ ਅਤੇ ਦੋ ਕਿਸਮ ਦੇ ਉਹਨਾਂ ਸਹੀ ਬੈਂਗਣ ਹੈ ਇੱਕ ਉਹਨਾਂ ਲੰਬੇ ਬੈਂਗਣ ਇੱਕ ਉਹਨਾਂ ਗੋਲ ਬੈਂਗਣ ਇਹ ਹੈਵੇ ਸਹੀ ਲੰਬੇ ਬੈਂਗਣ ਇਹ ਲੰਬੇ ਬੈਂਗਣ ਹੈਵੇ ਇਹ ਦੇਖੋ ਸਹੀ ਤੱਕ ਮੈਂ ਦਿਖਿਆ ਨਾ ਲੱਗੇ ਖੜੇ ਹੋ ਸਨ ਲੱਗੇ ਖੜਨ ਇਹ ਦੇਖੋ ਇਹ ਦੇਖੋ ਸਹੀ ਇਹ ਇਹ ਲੰਬੇ ਬੈਂਗਣ ਵੇ ਅਤੇ ਵੀ ਸਾਰੇ ਇਹ ਬਈ ਇੱਕ ਨਸਲ ਇਹ ਗੋਲ ਬੈਂਗਣਾਂ ਦੀ ਇਹ ਗੋਲ ਬੈਂਗਣ ਵੀ ਹਨ ਇਹ ਦੋ ਕਿਸਮੀ ਬੈਂਗਣ ਹਨ ਸਾਰੇ ਅਤੇ ਲੋਕ ਹੁਣ ਗੋਲ ਬੈਂਗਣ ਦਿਖੇ ਨਾ ਕਿਉਂਕਿ ਇਹਨਾਂ ਦੇ ਤਰ੍ਹਾਂ ਕਿਸਮਾਂ ਉਹਨਾਂ ਨੇ ਅਤੇ ਇਹ ਸਹੀ ਆ ਗਏ ਗੋਲ ਬੈਂਗਣ ਇਹ ਦੇਖੋ ਉਸਦਾ ਵੀਵੋ ਦੋਸਤੋ ਬਰਾਵੋ ਇਹ ਹਨ ਸਾਰੇ ਗੋਲ ਬੈਂਗਣ ਇਹ ਤਾਂ ਨਜ਼ਰ ਆਉਂਦਾ ਪਿਓ ਸੀ ਇਹ ਸਾਰੇ ਗੋਲ ਬੈਂਗਣ ਵੀ ਹਜ਼ਾਰ ਜੋ ਦੁਲਦਿਆਂ ਅੱਗੋਂ ਕੁਛ ਕੁਛ ਚੀਜ਼ਾਂ ਸ਼ੇਅਰ ਕਰਿਆ ਸੂ ਇਨਸ਼ਾ ਅੱਲਾਹ ਤਾਲਾ ਮੈਂ ਆਇਆ ਵੀ ਅੱਜ ਜਿਹੜਾ ਨਾ ਰੋਟੀ ਦੇਵਾਂ ਆਪਣੇ ਉਹ ਭਾਈ ਕੋ ਜਿਹੜਾ ਇੱਥੇ ਕੰਮ ਕਰਨਾ ਖੜਾ ਦੇਖੋ ਇਹ ਜਵਾਨ ਸਾਹਿਬ ਉਹਨੇ ਰੋਟੀ ਖਾਂਦੇ ਬੈਠਣ ਅੱਜ ਅਤੇ ਮੈਂ ਆ ਕੇ ਚਲੋ ਵਿਆਹ ਨਾਲ ਵੀ ਗੱਪ ਸ਼ੱਪ ਲਾ ਗਿੰਦੇ ਹਾਂ ਉਹਨਾਂ ਨਾਲ ਵੀ ਕੁਝ ਕਰ ਗਿੰਦੇ ਹਾਂ ਗੱਪ ਸ਼ੱਪ ਕਿਆ ਕਹਿੰਦੇ ਉਸ ਤਾਂ ਜੀ ਇਹ ਅੱਜ ਤਾਂ ਮੈਂ ਇਹੀ ਪਈ ਰਕਬੇ ਤਾਂ ਅੱਜ ਚੱਕਰ ਲਾਏ ਅਤੇ ਹੀ ਆਇਆ ਅਤੇ ਮੇਰੇ ਨਾਲ ਦੇ ਹਮਸਾਇਆਂ ਦੇ ਦੇਖੋ ਸੀ ਤਿੱਲੀ ਜਿਹੜਾ ਹੈ ਤਿਲ ਜਿਹੜਾ ਕੋਲ ਲਿਖਿਆ ਨਾ ਪਿਆ ਮੈਂ ਉਹ ਸਹੀ ਕਟਾਈ ਦੇ ਚੁੱਕਵੇ ਇਹ ਕਿਉਂਕਿ ਥੋੜ੍ਹਾ ਅਸਾ ਪਹਿਲੇ ਬੁੜੇ ਹਨ ਜਿਹਦੇ ਨਾਲ ਇਹ ਪਹਿਲੇ ਜਲਦੀ ਪਾ ਕੇ ਨੇ ਹੁਣ ਕਟਾਈ ਥੀ ਚੁੱਕਣ ਸੁੱਕਦੇ ਪੈਣ ਇਹ ਅਨਕਰੀਬ ਮੇਰੇ ਮੁਤਾਬਿਕ ਕੋਈ ਹਫ਼ਤੇ ਤੱਕ ਜਾਂ 5 ਦਿਨਾਂ ਤੱਕ ਇਹਨਾਂ ਦਾ ਇੱਕ ਹਾਈ ਸ਼ੁਰੂ ਥੀ ਵੀ ਸੀ ਕਿਉਂਕਿ ਸਾਰੇ ਜਿਹੜੇ ਤਿਲ ਹਨ ਉਹ ਥੋੜ੍ਹੀ ਲੇਟ ਆਉਂਦਾ 15-20 ਦਿਨ ਜਿਹਨਾਂ ਵਿੱਚ ਸਾਰੇ ਵਾਲੇ ਤਿਲ ਜਿਹੜੇ ਨੇ ਉਹ ਕੱਚੇ ਖੜਨ ਦੇ ਲੇਕਿਨ ਇਹਨਾਂ ਦੇ ਤਿਲ ਜਿਹੜੇ ਨਾ ਅਲਹਮਦੁਲਿਲਾ ਪੱਕ ਗਏ ਨੇ ਅਤੇ ਦੇਖੋ ਦੋਸਤੋ ਇਹ ਵੀ ਤਿਲ ਬਾਰਿਸ਼ ਦੀ ਵਜ੍ਹਾ ਨਾਲ ਕਿਉਂਕਿ ਕੱਲ੍ਹ ਬਾਰਿਸ਼ ਹੈ ਪਰਸੋਂ ਜਿਹਦੀ ਵਜ੍ਹਾ ਨਾਲ ਥੋੜ੍ਹੇ ਜਿਹੇ ਹਾਲੇ ਗਿੰਮੇ ਖੜਨ ਜਿਹਨਾਂ ਤੋਂ ਕਲੀਅਰ ਨਜ਼ਰ ਨਾ ਸਨ ਅਤੇ ਜਿਹੜੇ ਟਾਈਮ ਇਨਸ਼ਾ ਅੱਲਾਹ ਇਹਦੀ ਗਾਹੀ ਥੀ ਸੀ ਅਤੇ ਇਨਸ਼ਾ ਅੱਲਾਹ ਕੋਈ ਦਿਖੇ ਸੂੰ ਕਿ ਕਿਵੇਂ ਹਨ ਕਿ ਇਸ ਕਿਸ ਅੱਜ ਇਸ ਸਾਲ ਕਿਉਂਕਿ ਬਾਰਿਸ਼ਾਂ ਬਹੁਤ ਜ਼ਿਆਦਾ ਥੈਨ ਜਿਹਨਾਂ ਕੋਲ ਨੁਕਸਾਨ ਥੀ ਨਾ ਪਏ ਨਾ ਕੋ ਲੇਕਿਨ ਇਹਨਾਂ ਦਾ ਕਲਰ ਇਹਨਾਂ ਦਾ ਤਿਲਾਂ ਦਾ ਜਿਹੜਾ ਕਲਰ ਹੈ ਪਿਓਰ ਵਾਈਟ ਆਉਂਦੇ ਅਤੇ ਅਗਰ ਬਾਰਿਸ਼ਾਂ ਜ਼ਿਆਦਾ ਥੀ ਵੇਨ ਤਾਂ ਵਿੱਚ ਥੋੜ੍ਹਾ ਕਾਲਾ ਜਿਹਾ ਥੀ ਵੇਨ ਬਲੈਕ ਜਿਹਾ ਥੀ ਵੇਨੇ ਕਾਲਾ ਥੀ ਵੇਂਦੇ ਦੇਖੋ ਅਸਾਂ ਕਾਲਾ ਆਦੇ ਹੈ ਸੈਕੇ 'ਚ ਲੇਕਿਨ ਉਰਦੂ ਅੰਗਰੇਜ਼ੀ ਬਲੈਕ ਆ ਦਿਨ ਕਾਲੇ 'ਚ ਉਰਦੂ ਵੀ ਕਾਲਾ ਕਲਰ ਆ ਦਿਨ ਅਤੇ ਅਸਾਂ ਮਤਲਬ ਖੇਸੂੰ ਜਿਹਦੇ ਇਹ ਗਾਹੀ ਥੀ ਸੀ ਕਿ ਹੁਣ ਕਿਹੜੇ ਕਿਸੇ ਨਾਲ ਗੱਲ ਕਿਉਂਕਿ ਕੱਲ੍ਹ ਪਰਸੋਂ ਬਾਰਿਸ਼ ਥੀ ਜਿਹਦੇ ਨਾਲ ਇਹ ਹਾਲੇ ਗਿਮੇ ਖੜੇ ਸਿੰਨੇ ਚੁੱਕਾ ਦੇ ਸਰ ਅਤੇ ਅਸਾਂ ਇੱਕ ਆ ਦਿਨ ਸਿੰਨੇ ਕਿਉਂਕਿ ਹਾਲੇ ਕੱਚੇ ਵਧਣ ਕਿਉਂਕਿ ਪੱਕੇ ਤਾਂ ਖਰੀ ਹਨ ਬਾਰਿਸ਼ ਦੇ ਆਉਣ ਵਾਲੇ ਦੁਬਾਰਾ ਕੱਚੇ ਥੀ ਚੁੱਕਣ ਅਤੇ ਹੁਣ ਜਿਹੜੇ ਵਾਲਾ ਸੁੱਕ ਸਨ ਦੋ ਚਾਰ ਦਿਨ ਗੁਧੋਪ ਲੱਗ ਸੀ ਅੱਜ ਵੀ ਬਦਲ ਤਾਂ ਬੜੇ ਵਧਣ ਦੇਖੋ ਉਮੀਦ ਹੈ ਕਿ ਅੱਜ ਸਨੇ ਪਿਆਨ ਕੇ ਅੱਜ ਬਾਰਿਸ਼ ਆਉਣੀ ਹੈ ਬਾਕੀ ਅੱਲਾ ਪਾਕ ਆਪਣਾ ਕਰਮ ਕਰੇ ਸੀ ਦੋਸਤੋ ਬਰਾਬਰ ਹੁਣ ਮੈਂ ਬਣਾ ਪਿਆ ਜਿੱਥੇ ਬੈਗਣ ਉਡਾਉਂਦਾ ਤਾਂ ਬਾਪੂ ਜੀ ਨੇ ਆਖੇ ਕਿ ਲੇਬਰ ਕੋ ਸਾਡਾ ਇਹਨਾਂ ਦੀ ਚੁੜਾਈ ਕਰਾਉਂ ਯਾਨੀ ਕਿ ਇਹਨਾਂ ਕੋਲ ਪੱਟੂ ਪੱਟ ਕੇ ਵਾਲਾ ਗੱਟੂ ਬਰਸੂ ਗੱਟੂ ਪੱਟ ਕੇ ਵਾਲਾ ਮੰਡੀ ਦੇਖੀ ਦੱਸੂ ਹੁਣ ਮੈਂ ਆਪਣਾ ਲੇਬਰ ਕੋ ਆਖਣ ਜਿਹੜੇ ਚੁੜਾਈ ਵਾਲੇ ਔਰਤਾਂ ਆਉਣ ਸਾਰੇ ਕੋਲ ਮਾਰ ਔਰਤਾਂ ਚੁਣਨ ਵਾਸਤੇ ਤਾਂ ਉਹਨਾਂ ਕੋਲ ਹੁਣ ਆਖਰ ਦੇਣਾ ਪਿਆ ਕਿ ਆਓ ਆਪੂ ਜਿਹੜੇ ਸਨੇਹਨੇ ਖੜੇ ਨੇ ਆ ਕੇ ਇਹਨਾਂ ਦੀ ਚੁੜਾਈ ਕਰ ਵਜੋ ਤਾਂ ਕਿ ਅਸਾਂ ਕੋਈ ਜਲਦ ਜਿਤਨਾ ਜਲਦੀ ਸੀ ਪੱਟੂ ਪੱਟ ਕੇ ਵਾਲਾ ਗੁੱਦ ਵਾਲਾ ਮੰਡੀ ਦਾ ਟਾਈਮ ਦੀ ਵੇ ਸੀ ਬੁਲਾਏ ਨੋ ਕਿ ਮੰਡੀ 'ਤੇ
ਤੇ ਦੋਸਤੋ ਜੁਲਦੇ ਪਿਆ ਹੁਣ ਉਹਨਾਂ ਕੋਲ ਆਖਣ ਤੇ ਮਿਲਦੇ ਆ ਰੱਬ ਦੇਦੇ ਆ ਉਹ ਹੁਣ ਕਿਆ ਦਿਨ ਆਨੰਦ ਜਾਂ ਨਹੀਂ ਆਉਂਦੇ ਜਾਂ ਉਹ ਅਗਲੀ ਰਾਹ ਤੇ ਸਾਨੂੰ ਡੇਢ ਦਿਨ ਦੇਦੇ ਆ ਮਾਨੀ ਉਹ ਕਿਆ ਦਿਨ ਅਸਾਂ ਫੈਮਲੀ ਉਹਨਾਂ ਕੋਲ ਆਖ ਕੇ ਬੋਲਿਆ ਨਹੀਂ ਆਇਆ ਤੇ ਉਹਨਾਂ ਆ ਕੇ ਅਸਾਂ ਆਉਂਦੇ ਪਏ ਚੜਾਈ ਕਰਨ ਤੇ ਹੁਣ ਮੈਂ ਮੰਨ ਕੇ ਦੱਸਾਂ ਨਾ ਆਪੂ ਜੋੜੇ ਕਹੋ ਕਿ ਉਹ ਆਉਂਦੇ ਪੈਣ ਤਾਂ ਕਿ ਉਹ ਆਪਣਾ ਲੱਟੂ ਸੱਟੂ ਗਿਣ ਕੇ ਆ ਵਜਨ ਤੇ ਕਿ ਉਹ ਚੜਾਈ ਕਰ ਸਕਣ ਪੜਾਈ ਕਰਨ ਅਤੇ ਉਹਨਾਂ ਕਰਕੇ ਉਹਨਾਂ ਕੇ ਅਸਾਂ ਆਉਂਦੇ ਪਏ ਪਹਿਲੇ ਤੋਂ ਉਹਨਾਂ ਆ ਕੇ ਅਸਾਂ ਨਹੀਂ ਆਉਂਦੇ ਕਿਉਂਕਿ ਅੱਜ ਲੇਟ ਸੀ ਗਏ ਉਸ ਵਕਤ ਪਹਿਲਾਂ ਦੱਸਣ ਆਈ ਕਿਉਂਕਿ ਚੜਾਈ ਕਰਨ ਵਾਸਤੇ ਹਿੱਕੜੀ ਪਹਿਲਾਂ ਦੱਸਣਾ ਪਾਉਂਦੇ ਉਹਨਾਂ ਕੋਲ ਕਿਉਂਕਿ ਕਰੇ ਕਿਉਂਕਿ ਹਰ ਕੋਈ ਆਪਣੇ ਕੰਮ ਕਾਰ ਲਈ ਬਿਜ਼ੀ ਹੁੰਦੇ ਤਾਂ ਕਹਿੰਦੇ ਕੋਈ ਟਾਈਮ ਹੁੰਦਾ ਕਹਿੰਦੇ ਕੋਈ ਕਾਹ ਨਹੀਂ ਹੁੰਦਾ ਕਿਉਂਕਿ ਲੇਬਰ ਇਹਨਾਂ ਦੇ ਦੂ ਪੰਜ ਛੇ ਹੁਣ ਔਰਤਾਂ ਚੁਣਨ ਵਾਸਤੇ ਅਤੇ ਉਹਨਾਂ ਕਹਿੰਦੇ ਉਹ ਬਾਜ਼ ਕਾਲ ਕੋਈ ਕੋਈ ਕਿੱਥਾਂ ਕੋਈ ਆਪਣੇ ਰਿਸ਼ਤੇਦਾਰਾਂ ਗਿਆ ਵਧਾਉਂਦੇ ਕੋਈ ਕਿਵੇਂ ਕੋਈ ਕਿਵੇਂ ਉਹਨਾਂ ਅੱਗੇ ਸਭ ਕੋਈ ਮੈਂ 15-20 ਮਿੰਟ ਤੱਕ ਅਸਾਂ ਆਉਂਦੇ ਪਏ ਤਾਂ ਤੁਸੀਂ ਆਪਣੇ ਗੱਟੇ ਸੋਟੇ ਚਾਹੋ ਅਤੇ ਹੁਣ ਮੈਂ ਵਹਿਣਾ ਪਿਆ ਬੁਜੁਰਗ ਨੂੰ ਕਹਾਂ ਕਿ ਤੂੰ ਆਪਣੇ ਗੱਟੇ ਸੋਟੇ ਚਾਹੋ ਉਹਨਾਂ ਅੱਗੇ ਅਸਾਂ ਆਉਂਦੇ ਪਏ ਅਤੇ ਉਹਨਾਂ ਪਹਿਲਾਂ ਬਹੁ ਆਖਾਂ ਤਾਂ ਬਹੁ ਅਸਾਂ ਨਹੀਂ ਆਉਂਦੇ ਪਰ ਮੈਂ ਉਹਨਾਂ ਕਹਾਂ ਕਿ ਚੁਣਾਈ ਕਰ ਦਿਓ ਕਿਉਂਕਿ ਬੈਂਗਣ ਸਾਡੇ ਤਿਆਰ ਨੇ ਅਤੇ ਰੇਟ ਦਾ ਵੀ ਨਹੀਂ ਪਤਾ ਕਿਉਂਕਿ ਰੇਟ ਅੱਜ ਕੁਝ ਹੈ ਅਤੇ ਕੱਲ੍ਹ ਕੁਝ ਹੋ ਸੀ ਅਤੇ ਉਹਨਾਂ ਆਖੇ ਅਸਾਂ ਚਲੋ ਆਉਂਦੇ ਹਾਂ ਚਲੋ ਹੁਣ ਪੜਾਈ ਕਰਨ ਵਾਲਾ ਦੇਖਦੇ ਹਾਂ ਕਿ ਕਿਤਨੇ ਅੱਜ ਗੱਟੂ ਨਿਕਲਦੇ ਹਨ ਅਤੇ ਕਿਤਨੀ ਅੱਜ ਪੜਾਈ ਸੀ ਦੇਖੋ ਦੋਸਤ ਬਰਾਵੋ ਕਿਉਂਕਿ ਮੈਂ ਗਿਆ ਮੈਂ ਲੇਬਰ ਕੋ ਆਖਣ ਵਾਸਤੇ ਅਤੇ ਮੈਂ ਵਾਪਸੀ ਆ ਗਿਆ ਮੈਂ ਜਿਹੜੇ ਬਾਈਕ ਰੋਟੀ ਦੇਵਣ ਵਾਸਤੇ ਆਇਆ ਮੈਂ ਰੋਟੀ ਖਾ ਗਈ ਦੀ ਆਪਣਾ ਉਹ ਦੁਬਾਰਾ ਕੰਮ ਤਾਂ ਸ਼ੁਰੂ ਥੀ ਚੁੱਕੇ ਕਿਉਂਕਿ ਕੁਝਾਂ ਇਕੱਠਾ ਕਰਨਾ ਪਏ ਕਿਉਂਕਿ ਮਾਰ ਗਿੱਧੇ ਲੈਦਾ ਕਰ ਗਿੱਧੇ ਮਿੱਟੀ ਤੋਂ ਇਕੱਠਾ ਕਰਨੇ ਪਏ ਕੋਈ ਸੈਰ ਤਾਂ ਕਰ ਦੇਸੂ ਕਿਉਂਕਿ ਸਾਡੇ ਕਿਸੇ ਕੰਮ ਨਹੀਂ ਮਿਲਾ ਜਿਹੜੇ ਸੁੱਕ ਪਏ ਸੀ ਕੋਈ ਫਾਹ ਲਾ ਦੇਸੂ ਕਿਉਂਕਿ ਰਕਬਾ ਸਾਡਾ ਅਸਾਂ ਤਿਆਰ ਕਰਨੇ ਪਿਆ ਹੈ ਜਿਹਦੀ ਵਜ੍ਹਾ ਨਾਲ ਕਿਉਂਕਿ ਅਸਾਂ ਤਾਂ ਗੋਭੀ ਵਾਲਾ ਲਾਹਣੀ ਹੁੰਦੀ ਹੈ ਸ਼ਿਫਟ ਕਰਨੀ ਹੁੰਦੀ ਹੈ ਅਗਰ ਇਹ ਕੁਝਾ ਹੋਵੇ ਤਾਂ ਗੋਭੀ ਕੋ ਬਹੁ ਫਸਲ ਕੋ ਬਹੁ ਨੁਕਸਾਨ ਦਿੰਦੇ ਇਸ ਲਈ ਸਾਰੇ ਕਿਸੇ ਕੰਮ ਦਾ ਨਹੀਂ ਇਸ ਕਰਕੇ ਸਾਹ ਕੋ ਪਹਿਲੇ ਇੱਕ ਮਹੀਨਾ ਪਹਿਲੇ ਡੇਢ ਮਹੀਨਾ ਪਹਿਲੇ ਇਹਦੇ ਵਰਕ ਕਰਨਾ ਪਾਉਂਦੇ ਕਿਉਂਕਿ ਫਸਲ ਵਾਸਤੇ ਬਹੁਤ ਮਿਹਨਤ ਲੱਗਦੀ ਹੈ ਜਿਹਦੇ ਨਾਲ ਸਾਕੂ ਜਿਹੜਾ ਨਾ ਐਡਵਾਂਸ ਚੱਲਣਾ ਪਾਉਂਦੇ ਉਸ ਤੋਂ ਬਾਅਦ ਮੈਂ ਤਾਂ ਦੱਸਾਇਆ ਕਿ ਪਨੀਰ ਲੱਗੀ ਭੇਜ ਬੁਲਾ ਕਿਉਂਕਿ ਮਹੀਨੇ ਬਾਅਦ ਪਨੀਰ ਤਿਆਰ ਥੀ ਸੀ ਉਸ ਤੋਂ ਬਾਅਦ ਰੱਖ ਭੇਜ ਕੇ ਦੱਸੂ ਲਹਿਸੂ ਜਿਹੜਾ ਟਾਈਮ ਲਹਿਸੂ ਮੈਂ ਵੀ ਦਿਖੇਸਾਂ ਕਿ ਕਿਵੇਂ ਲੱਗਦੀ ਹੈ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਥੀ ਚੀਜ਼ ਵਧਣ ਵਧਣ ਦਾ ਲੱਗਣ ਦਾ ਕਪਾਈ ਜੋ ਕੁਝ ਜਿਵੇਂ ਜਿਵੇਂ ਥੀਂਦਾ ਸੀ ਸਿਸਟਮ ਆਪਣੇ ਵੀ ਦਿਖੇਂਦਾ ਹੋਇਆ ਸੀ ਨਾਲ ਨਾਲ ਅਤੇ ਆਪਣੇ ਦੋਸਤਾਂ ਫਿਰ ਆਉਂਕੇ ਮੇਰੀ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਗਿਨ ਤਾਂ ਕਿ ਮੇਰੀ ਆਉਣ ਵਾਲੇ ਨਿਊ ਵੀਡੀਓ ਦੋਸਤਾਂ ਕੋ ਮਿਲ ਸਕਣ ਅਤੇ ਉਹ ਦੋਸਤ ਮੇਰੇ ਵੀਡੀਓ ਦੇਖ ਸਕਣ ਇੰਟਰਟੈਨਮੈਂਟ ਥੀਵਨ ਜਿਤਨਾ ਹੋ ਸਕ ਸੀ ਮੈਂ ਆਪਣੇ ਦੋਸਤਾਂ ਕੋ ਇਨਸ਼ਾ ਅੱਲਾਹ ਤਾਲਾ ਨਵੇਂ ਨਵੇਂ ਵੀਡੀਓ ਰੋਜ਼ਾਨਾ ਦੇ ਬੁਨਿਆਦ 'ਤੇ ਦੇਸਾਂ ਅਤੇ ਬਾਕੀ ਅੱਲਾਹ ਹਾਫਿਜ਼ ਸਾਰੇ ਦੋਸਤਾਂ ਕੋ ਮੇਰਾ ਸਲਾਮ ਅਤੇ ਮਿਲਦੇ ਹਾਂ ਕੱਲ੍ਹ ਇਨਸ਼ਾ ਅੱਲਾਹ ਨਿਊ ਵੀਡੀਓ ਨਾਲ।